ਕੋਈ ਮੈਂ ਮੂਹਲੀ ਜੀ ਵੀ ਕਿ ਮੇਰੇ ਜਵਾਨ ਫਿਸਲ ਜਾਂਦੀ ਆ ਹੋ ਜਾਂਦੇ ਆ ਤਾਂ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਆਥਣ ਤੱਕ ਮੇਰਾ ਵੀ ਕੰਮ ਤਮਾਮ ਹੋ ਜੇ ਮਰਨ ਤੋਂ ਹਰੇਕ ਡਰਦਾ ਇਹੋ ਜਿਹਾ ਕੁਛ ਹੁੰਦਾ ਕਬੱਡੀ 'ਚ ਤੁਹਾਡੇ ਸਾਹਮਣੇ ਹੋ ਰਿਹਾ ਜੀ ਸਾਰਾ ਕੁਝ ਦੇਖ ਰਹੇ ਹੋ ਤੁਸੀਂ ਪਿਛਲੇ ਸਾਲ ਜਿਹੜੀ ਮੁਲਾਕਾਤ ਕੀਤੀ ਸੀਗੀ ਜੀ ਸ਼ਾਇਦ 2 ਸਾਲ 2.5 ਸਾਲ ਮਤਲਬ ਜ਼ਿਆਦਾ ਸਮੇਂ ਹੋ ਗਿਆ ਹੋਊਗਾ ਉਦੋਂ ਬਾਅਦ ਤੁਹਾਨੂੰ ਵੀ ਕੋਈ ਫੋਨ ਫਾਨ ਆਏ ਜਾਂ ਇੱਦਾਂ ਕੋਈ ਬੇਬਾਕੀ ਨਾਲ ਦੱਸ ਦਿਓ ਕੋਈ ਗੱਲ ਨਹੀਂ ਮੈਨੂੰ ਧਮਕੀਆਂ ਬਹੁਤ ਆਈਆਂ ਜੀ ਨੌਜਵਾਨ ਆ ਗਏ ਜਿਹਨਾਂ ਨੂੰ ਕਦੇ ਕਬੱਡੀ ਗਰਾਊਂਡਾਂ ਦੇ ਵਿੱਚ ਨਹੀਂ ਦੇਖੇ ਕੋਚ ਤਾਂ ਮੈਂ ਅਕਸਰ ਕਹਿੰਦਾ ਨਾ ਗੁੱਲੀ ਡੰਡਾ ਬਣੀ ਖੇਡੇ ਜਿਹੜੇ ਕੋਚ ਬਣੇ ਫਿਰਦੇ ਨੇ ਮਿਲਾ ਦਿੰਦਾ ਤੁਹਾਨੂੰ ਮੈਂ ਇੱਥੇ ਹੀ ਫਿਰਦੇ ਨੇ ਗਰਾਊਂਡਾਂ ਜਿਹੜੀ ਇੱਕ ਚੀਜ਼ ਇਹ ਚੱਲਦੀ ਆ ਵੀ ਕਈ ਟੀਮਾਂ ਹੁਣ 50-50 ਹਜ਼ਾਰ 60-60 ਹਜ਼ਾਰ ਕਿਰਾਇਆ ਲੈਂਦੀਆਂ 40-40 ਹਜ਼ਾਰ ਆਮ ਗੱਲ ਹੋਈ ਪਈ ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਾ ਪੈਸੇ ਵੀ ਲੈ ਲੈਂਦੇ ਆ ਕਲੱਬਾਂ ਤੋਂ ਪਰ ਆਉਂਦੀਆਂ ਹੀ ਨਹੀਂ ਟੀਮਾਂ ਤੁਸੀਂ 100 ਕਿਲੋਮੀਟਰ 200 ਕਿਲੋਮੀਟਰ ਵਾਲੀ ਟੀਮ ਨੂੰ ਤਾਂ ਦਿੰਦੇ ਹੋ 50 ਹਜ਼ਾਰ ਹੱਸ ਕੇ ਦਿੰਦੇ ਹੋ ਨਾਲੇ ਪਰ ਆਪਦਾ ਗੁਆਂਢੀ ਤੁਹਾਡੇ ਭੁੱਖਾ ਮੁੜ ਜਾਂਦਾ ਸਰਕਾਰਾਂ ਨੇ ਤਾਂ ਕਬੱਡੀ ਨੂੰ ਵਰਤਿਆ ਸਾਂਭਿਆ ਨਹੀਂ ਜਿਵੇਂ ਹਰਿਆਣਾ ਗੇਮਸ ਵਿੱਚ ਸਭ ਤੋਂ ਬਹੁਤ ਅੱਗੇ ਨਿਕਲ ਗਿਆ ਕਦੇ ਹਰਿਆਣੇ ਵਾਲਿਆਂ ਨੂੰ ਕਬੱਡੀ ਬਾਰੇ ਪਤਾ ਹੀ ਨਹੀਂ ਹੁੰਦਾ ਸੀ ਪਰ ਅੱਜ ਸਾਰੇ ਰੋਜ਼ ਦੇ ਮੈਚ ਦੇਖੋ ਪੰਜਾਬ 'ਚ ਹਰਿਆਣਵੀ ਟੀਮਾਂ ਜਿੱਤ ਕੇ ਜਾ ਰਹੀਆਂ ਚਾਹੇ ਉਹ ਵਜਨ ਦੀ ਕਬੱਡੀ ਦੇ ਨੇ ਚਾਹੇ ਉਹ ਓਪਨ ਦੇ ਨੇ ਚਾਹੇ ਉਹ ਆਲ ਓਪਨ ਦੇ ਨੇ ਤੁਹਾਨੂੰ ਕੀ ਲੱਗਦਾ ਵੀ ਖਤਮ ਕਰਨ ਵਾਲਾ ਕੌਣ ਆ ਜਾਂ ਇਸ ਨੂੰ ਜਿਹੜਾ ਨਿਘਾਰ ਵੱਲ ਲੈ ਕੇ ਜਾ ਰਹੇ ਆ ਨਿਘਾਰ ਵੱਲ ਲੈ ਕੇ ਜਾਣ ਵਾਲਾ ਕੌਣ ਆ ਫੈਡਰੇਸ਼ਨਾਂ ਨੇ ਤਾਂ ਬਹੁਤ ਵੱਡੀ ਢਾਲ ਆਈ ਆ ਜਿਹੜਾ ਇਹ ਠੇਕੇਦਾਰੀ ਸਿਸਟਮ ਚੱਲਿਆ ਨਾ ਇਹ ਵੀ ਫੈਡਰੇਸ਼ਨਾਂ ਦੀ ਦੇਣ ਮੈਂ ਤਾਂ ਅਕਸਰ ਕਹਿਣਾ ਹੁੰਦਾ ਇੱਕ ਦਿਨ ਇੰਦਰਜੀਤ ਕਾਲਸੀਆ ਨੂੰ ਹੱਸਦਾ ਸੀ ਮਹਾਜਾਰ ਹੁਣ ਤਾਂ ਕਬੱਡੀ ਦਾ ਆਰਕੈਸਟਰਾ ਹੋਣ ਲੱਗ ਗਿਆ ਉਹ ਕਿਵੇਂ ਜਿਹੜਾ ਪੈਸਾ ਲਾਇਆ ਜਾ ਰਿਹਾ ਉਹ ਸਿਰਫ ਨਾਮ ਬਣਾਉਣ ਵਾਸਤੇ ਹੀ ਫਲਾਣਾ ਕੈਨੇਡੀਅਨ ਫਲਾਣਾ US ਵਾਲਾ ਫਲਾਣਾ ਆਸਟ੍ਰੇਲੀਅਨ ਉਹ ਹੈਗੇ ਤਾਂ ਇੱਥੇ ਦੀ ਨੇ ਉਹ ਆ ਕੇ ਆਪਦੇ ਆਪ ਨੂੰ ਪੰਜਾਬੀ ਕਿਉਂ ਨਹੀਂ ਕਹੁੰਦੇ ਜੇ ਪੰਜਾਬ ਬਚਾਉਣਾ ਕਬੱਡੀ ਬਚਾਉਣੀ ਆ ਤੁਸੀਂ ਕਹਿੰਦੇ ਹੋ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਛੋਟੇ ਬੱਚਿਆਂ ਦੇ ਉੱਤੇ ਉਹੀ ਪੈਸਾ ਇਨਵੈਸਟ ਕਰੋ ਜਿਹੜਾ ਫੋਨਾ ਫਾਨਾ ਵਾਲਾ ਚੱਕਰ ਆ ਗੈਂਗਸਟਰਾਂ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਇਹ ਗੱਲਾਂ ਸੱਚੀਆਂ ਹੈਗੀਆਂ ਸਾਰੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਮਾਖੇੜ ਕਬੱਡੀ ਦੀ ਅੱਜ ਫਿਰ ਗੱਲ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਕਬੱਡੀ ਨੂੰ ਲੈ ਕੇ ਚੱਲ ਰਹੀਆਂ ਹੈਗੀਆਂ ਬਹੁਤ ਸਾਰੀਆਂ ਹਾਂ ਪੱਖੀ ਨਾ ਪੱਖੀ ਚੀਜ਼ਾਂ ਖੇਡ ਮੈਦਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਹੈਗੀਆਂ ਅਤੇ ਸੁਣਨ ਨੂੰ ਵੀ ਮਿਲਦੀਆਂ ਹੈਗੀਆਂ ਹਾਲਾਂਕਿ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਦੇ ਵੀ ਬਹੁਤ ਸਾਰੇ ਸਵਾਲ ਨੇ ਕਿਉਂਕਿ ਮਾਖੇੜ ਕਬੱਡੀ ਇੱਕ ਦਿਨ ਅਜਿਹਾ ਸੀ ਜਦੋਂ ਬਹੁਤ ਬੁਲੰਦੀਆਂ 'ਤੇ ਸੀ ਪਰ ਅੱਜ ਦੇ ਜੇ ਅਸੀਂ ਸਮੇਂ ਦੀ ਗੱਲ ਕਰਦੇ ਹਾਂ ਜਿੱਥੇ ਕਬੱਡੀ ਦੇ ਵਿੱਚ ਪੈਸਾ ਬਹੁਤ ਸਾਰਾ ਆ ਗਿਆ ਪਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਜਿਹੜੇ ਤਜਰਬੇਕਾਰ ਲੋਕ ਨੇ ਉਹ ਕਹਿੰਦੇ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥੋਂ ਜਿਹੜੀਆਂ ਉਹ ਖੁੰਝ ਗਈਆਂ ਅੱਜ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਤਰਸੇਮ ਸਿੰਘ ਸੰਦੌੜ ਖਾਸ ਕਰਕੇ ਜੇ ਪੁਰਾਣੇ ਕਬੱਡੀ ਖਿਡਾਰੀਆਂ ਦੀ ਗੱਲ ਕਰਦੇ ਹਾਂ ਕੋਚਾਂ ਦੀ ਗੱਲ ਕਰਦੇ ਹਾਂ ਹਾਲਾਂਕਿ ਬਹੁਤ ਸਾਰੇ ਜਿਹੜੇ ਕਬੱਡੀ ਪ੍ਰੇਮੀ ਨੇ ਇਹਨਾਂ ਨੂੰ ਬਖੂਬੀ ਜਾਣਦੇ ਨੇ ਅੱਜ ਕੱਲ੍ਹ ਚਾਹੇ ਗਰਾਊਂਡਾਂ ਦੇ ਵਿੱਚ ਘੱਟ ਦੇਖਣ ਨੂੰ ਮਿਲਦੇ ਨੇ ਪਰ ਤਰਸੇਮ ਸਿੰਘ ਸੰਦੌੜ ਦਾ ਨਾਮ ਉਹਨਾਂ ਰੈਫਰੀਆਂ ਦੇ ਵਿੱਚ ਆਉਂਦਾ ਗਾ ਜਿਹੜੇ ਰੈਫਰੀ ਵਾਕੇ ਹੀ ਮਾਂ ਖੇਡ ਦੇ ਨਾਲ ਦਿਲੋਂ ਜੁੜੇ ਹੋਏ ਨੇ ਸੰਦੌੜ ਸਾਹਿਬ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਰਤਨਦੀਪ ਮੇਰੇ ਪਿੰਡ ਆਉਣ 'ਤੇ ਤੁਹਾਡਾ ਨਿੱਘਾ ਸਵਾਗਤ ਜੀ ਅਤੇ ਸਾਰੇ ਕਬੱਡੀ ਜਗਤ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਸੇ ਠੀਕ ਹੈ ਚੜ੍ਹਦੀ ਕਲਾ 'ਚ ਜੀ ਜੀ ਮੈਂ ਪਹਿਲਾਂ ਹੀ ਸਵਾਲ ਆ ਜਿਹੜਾ ਉਹ ਇੱਥੋਂ ਹੀ ਸ਼ੁਰੂ ਕਰੂੰਗਾ ਜੇ ਅੱਜ ਦੀ ਕਬੱਡੀ ਨੂੰ ਤੁਸੀਂ ਦੇਖਦੇ ਹੋ ਆਪਾਂ 3-4 ਸਾਲ ਪਹਿਲਾਂ ਮੁਲਾਕਾਤ ਇੱਕ ਕਰੀ ਸੀਗੀ ਜੀ ਉਸ ਮੁਲਾਕਾਤ ਤੋਂ ਲੈ ਕੇ ਹੁਣ ਤੱਕ ਤੁਸੀਂ ਕਬੱਡੀ ਨੂੰ ਕਿਵੇਂ ਦੇਖ ਰਹੇ ਹੋ ਕੁਛ ਐਨਾਲਾਈਜ਼ ਕਰਿਆ ਗਾ ਵੀ ਕੁਛ ਬਦਲਿਆ ਗਾ ਕਿ ਸਭ ਕੁਛ ਠੀਕ ਚੱਲ ਰਿਹਾ ਵੀ ਵਧੀਆ ਗਾ ਗ੍ਰਾਫ ਵਧੀਆ ਉੱਚਾ ਹੋ ਗਿਆ ਨਹੀਂ ਗ੍ਰਾਫ ਨਹੀਂ ਉੱਚਾ ਹੋਇਆ ਗ੍ਰਾਫ ਤਾਂ ਬਹੁਤ ਜ਼ਿਆਦਾ ਗਿਰਿਆ ਲੇਕਿਨ ਮੈਨੂੰ ਇਹ ਖੁਸ਼ੀ ਆ ਕਿ ਜਿੰਨੀਆਂ ਕੁ ਕਲੱਬਾਂ ਮੈਨੂੰ ਬੁਲਾਉਂਦੀਆਂ ਨੇ ਹੁਣ ਤਾਂ ਘੱਟੋ ਘੱਟ 32 ਕਿਲੋ 28 ਕਿਲੋ 42 ਕਿਲੋ ਵਜਨੀ ਕਮੇਟੀ ਕਬੱਡੀ ਹੋਣ ਲੱਗ ਗਈ ਕਿਸੇ ਵੀ ਜੰਗਲ ਨੂੰ ਉਗਾਉਣਾ ਤਾਂ ਸਾਰਿਆਂ ਨੂੰ ਪਹਿਲਾਂ ਉਹਦੀ ਪੌਦ ਜ਼ਰੂਰੀ ਆ ਜੀ ਇੱਥੇ ਕੀ ਹੋ ਗਿਆ ਸੀ ਕਿ ਬੂਟੇ ਹੀ ਖਤਮ ਕਰਤੇ ਸੀ ਨਰਸਰੀਆਂ ਹੀ ਖਤਮ ਕਰਤੀਆਂ ਸੀ ਪਰ ਇਹ ਮੈਨੂੰ ਖੁਸ਼ੀ ਆ ਕਿ ਦੁਬਾਰਾ ਪੌਦੇ ਲੱਗਣੇ ਸ਼ੁਰੂ ਹੋ ਗਏ ਜਿਹੜੇ ਨਹੀਂ ਬੇਜੇ ਸਮਝੇ ਉਹਨਾਂ ਨੂੰ ਤਾਂ ਆਪਾਂ ਸਮਝਾ ਨਹੀਂ ਸਕਦੇ ਕਿਉਂਕਿ ਸਿੱਕੇ ਦੇ 2 ਪਾਸੇ ਹੁੰਦੇ ਨੇ ਹੈੱਡ ਟੇਲ ਠੀਕ ਹੈ ਜੀ ਪਰ ਮੈਨੂੰ ਇਹ ਤਸੱਲੀ ਆ ਕਿ ਫਿਰ ਮੇਰੇ ਪਿੰਡਾਂ ਵਾਲਿਆਂ ਨੇ ਹੰਭਲਾ ਮਾਰਿਆ ਕਿ ਛੋਟੇ ਬੱਚਿਆਂ ਵੱਲ ਨੂੰ ਧਿਆਨ ਦੇਣਾ ਸ਼ੁਰੂ ਕੀਤਾ ਜੀ ਅਤੇ ਇਹਦੀ ਵੀ ਇਹ ਤਸੱਲੀ ਆ ਮੇਰੇ ਮਨ ਨੂੰ ਜੀ ਅਤੇ ਜੇ ਦੂਸਰੇ ਪੱਖ ਦੇਖਦੇ ਹਾਂ ਜਿਵੇਂ ਹੁਣ ਬਹੁਤ ਸਾਰੀਆਂ ਚੀਜ਼ਾਂ ਇਹ ਸਾਹਮਣੇ ਆਉਂਦੀਆਂ ਵੀ ਨਰੋਲ ਪਿੰਡ ਵਾਰ ਨਹੀਂ ਕਰਾਉਂਦੇ 3 ਬਾਹਰੋਂ ਵਾਲੀ ਬਹੁਤ ਖਤਰਨਾਕ ਚੀਜ਼ ਹੋ ਰਹੀ ਆ ਉਸ ਚੀਜ਼ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਗਾ ਦੇਖੋ ਜੇ ਤਾਂ ਤੁਸੀਂ ਬਚਾਉਣੀ ਆ ਪੰਜਾਬ ਦੀ ਜਵਾਨੀ
ਤਤ ਆਪਦੇ ਸੀਮਿਤ ਏਰੀਏ ਦੇ ਟੀਮਾਂ ਖਲਾਓ ਜੀ 40-50 ਕਿਲੋਮੀਟਰ ਇਨਾਮ ਜਿੱਡੇ ਮਰਜ਼ੀ ਰੱਖੋ ਉਹ ਆਪਣਿਆਂ ਨੂੰ ਦਬੋ ਰੱਜਿਆ ਹੁਣ ਕਿਉਂ ਰਜਾਉਂਦੇ ਹੋ ਸੀਮਿਤ ਟੀਮਾਂ ਸੱਦੋ ਆਪਦੇ ਇਲਾਕੇ ਦੇ ਪਲੇਅਰ ਸੱਦੋ ਅਤੇ ਕਬੱਡੀ ਨਰੋਲ ਪਿੰਡ ਵਾਰ ਕਰਾਓ ਜਦੋਂ ਪਿੰਡ ਵਾਰ ਕਬੱਡੀ ਹੋਊਗੀ ਤਾਂ ਤੁਹਾਨੂੰ ਪਤਾ ਲੱਗੂ ਕਿ ਕਿਸ ਪਿੰਡ ਵਿੱਚ ਕਿਹੋ ਜਿਹੇ ਨੌਜਵਾਨ ਨੇ ਜੀ ਠੀਕ ਹੈ ਜੀ ਜਦੋਂ 3 ਵਾਰੋਂ ਆ ਤਾਂ ਕਾਲ ਹੋ ਗਈ ਉਹ 4-5-10 ਜਿੰਨੇ ਕੁ ਡਾਢੇ ਨੇ ਮੂਹਰੇ ਤਕੜੇ ਨੇ ਉਹ ਹਰ ਰੋਜ਼ ਕੰਬਾਈਨਾਂ ਟਰੈਕਟਰ ਉਹੀ ਲੈ ਜਾਂਦੇ ਨੇ ਘਰਾਂ ਨੂੰ ਅਤੇ ਨਵੇਂ ਪਲੇਅਰ ਨਾ ਤਾਂ ਉੱਠਦੇ ਨੇ ਨਾ ਹੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ 3 ਵਾਰੋਂ ਵਿੱਚ ਨਾ ਤਾਂ ਨਵੇਂ ਸਟੋਪਰ ਨੂੰ ਜੱਫਾ ਲਾਉਣ ਦਾ ਸਮਾਂ ਮਿਲਦਾ ਜੀ ਨਾ ਨਵੇਂ ਰੇਡਰ ਨੂੰ ਰੇਡ ਪਾਉਣ ਦਾ ਸਮਾਂ ਮਿਲਦਾ ਅਤੇ ਫਿਰ ਆਉਣਗੇ ਕਿੱਥੋਂ ਨਵੇਂ ਪਲੇਅਰ ਅੱਗੇ ਕਿਵੇਂ ਆਉਣਗੇ ਜੇ ਖਾਸ ਕਰਕੇ ਕੋਚਿੰਗ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਕੋਚਾਂ ਨੂੰ ਲੈ ਕੇ ਬਹੁਤ ਸਵਾਲ ਉੱਠਦੇ ਨੇ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਆ ਗਏ ਜਿਹਨਾਂ ਨੂੰ ਕਦੇ ਕਬੱਡੀ ਗਰਾਊਂਡਾਂ ਦੇ ਵਿੱਚ ਨਹੀਂ ਦੇਖੇ ਉੱਥੇ ਵੀ ਕਿਤੇ ਨਾ ਕਿਤੇ ਸਾਨੂੰ ਸੁਧਾਰ ਕਰਨ ਦੀ ਲੋੜ ਆ ਸੁਧਾਰ ਹੋ ਰਿਹਾ ਕਿ ਨਹੀਂ ਹੋ ਰਿਹਾ ਨਹੀਂ ਕੋਚ ਤਾਂ ਮੈਂ ਅਕਸਰ ਕਹਿਣਾ ਨਾ ਗੁੱਲੀ ਡੰਡਾ ਬਣੀ ਖੇਡੇ ਜਿਹੜੇ ਕੋਚ ਬਣੇ ਫਿਰਦੇ ਨੇ ਜਦੋਂ ਕਿ ਇੱਕ ਸੁਭਾਵਿਕ ਖੇਡ ਆ ਹਰੇਕ ਬੱਚਾ ਬਿਨਾਂ ਗੁੱਲੀ ਡੰਡਾ ਇਹੋ ਜਿਹੀ ਖੇਡ ਆ ਵੀ ਜਿਹੜੀ ਬਿਨਾਂ ਸਿੱਖੇ ਹੀ ਖੇਡਣੀ ਸ਼ੁਰੂ ਕਰ ਦਿੰਦਾ ਬੱਚਾ ਪਰ ਉਹ ਗੁੱਲੀ ਡੰਡਾ ਬਣੀ ਖੇਡੇ ਹੈਗੇ ਮਿਲਾ ਦਿੰਦਾ ਤੁਹਾਨੂੰ ਮੈਂ ਇੱਥੇ ਹੀ ਫਿਰਦੇ ਨੇ ਗਰਾਊਂਡਾਂ 'ਚ ਉਹ ਠੇਕੇਦਾਰ ਬਣੇ ਫਿਰਦੇ ਨੇ ਕੋਡੀ ਦੇ ਕਲੱਬਾਂ ਹੀ ਕਰਦੀਆਂ ਨੇ ਠੇਕਾ ਦੇਤਾ ਜੀ ਮਰਜ਼ੀ ਦੇ ਉਹ ਪਲੇਅਰ ਲੈ ਕੇ ਆਊਗਾ ਅਤੇ ਫਿਰ ਉਹਨਾਂ ਨੇ ਕਈ ਵਾਰੀ ਹੁਣ ਇਹ ਵੀ ਦੇਖ ਰਹੇ ਹਾਂ ਪੈਸੇ ਵੀ ਲੈ ਲੈਂਦੇ ਨੇ ਕਲੱਬਾਂ ਤੋਂ ਪਰ ਆਉਂਦੀਆਂ ਹੀ ਨਹੀਂ ਟੀਮਾਂ ਪਿਛਲੀ ਵਾਰੀ ਬਿੱਟੂ ਦਗਾਲ ਦੇ ਪਿੰਡ ਕੀ ਹੋਇਆ ਸੁਧਾਰ 'ਚ ਕੀ ਹੋਇਆ ਅਤੇ ਇੱਦੂ ਕਾਲਾ ਦਿਨ ਕਬੱਡੀ ਲਈ ਕੋਈ ਹੋਰ ਹੋਊਗਾ ਪਰ ਉੱਥੇ ਇਹ ਵੀ ਸਵਾਲ ਉੱਠਦਾ ਹੈਗਾ ਸਾਡੀਆਂ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਆ ਜਾਂ ਵੱਡੀਆਂ ਟੀਮਾਂ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਕਿਰਾਏ ਦੀ ਗੱਲ ਸਾਨੂੰ ਕਿਰਾਏ ਦੀ ਨਾ ਤਾਂ ਗੱਲ ਹੋਈ ਹੈ ਨਾ ਸਾਨੂੰ ਕਿਰਾਇਆ ਦਿੱਤਾ ਗਿਆ ਹੈਗਾ ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਉਹ ਕਹਿੰਦੇ ਵੀ ਕਮੇਟੀਆਂ ਹੀ ਜ਼ਿਆਦਾ ਕਸੂਰਬਾਰ ਹੁੰਦੀਆਂ ਜਾਂ ਖਿਡਾਰੀ ਉਹਨਾਂ ਕਸੂਰਬਾਰ ਨਹੀਂ ਦੇਖੋ ਇਹਦਾ ਹੱਲ ਤਾਂ ਜੀ ਇਹੀ ਆ ਪਿੰਡ ਵਾਰ ਕਬੱਡੀ ਜਦੋਂ ਤੁਸੀਂ ਏਰੀਏ ਭਰ ਦੇ ਪਲੇਅਰ ਖਿਲਾਉਂਗੇ ਆਪਦੇ ਦੇ 40-50 ਕਿਲੋਮੀਟਰ ਏਰੀਏ ਦੇ ਤਾਂ ਉਹ 1000-1500 ਉਨਾ ਹੀ ਘੱਟ ਖਰਚੇ 'ਤੇ ਆ ਜਾਣਗੇ ਸਾਡੇ ਕੋਲ ਉਹਨਾਂ ਨੂੰ ਸੀਮਿਤ ਖਰਚੇ ਦਿਓ ਉਹਨਾਂ ਨੂੰ ਮੈਂ ਹੁਣ ਮੇਰੀ ਵੀ ਲਾ ਲਓ ਜੇ ਮੈਂ ਕਿਤੇ ਮੈਚ ਕਰਾਉਣ ਜਾਂਦਾ ਤਾਂ ਮੈਂ ਪੈਟਰੋਲ ਫੂਕ ਕੇ ਜਾਂਦਾ ਨਾ ਆਪਦਾ ਸਮਾਂ ਵੀ ਖਰਾਬ ਕਰਦਾ ਅਤੇ ਜਾਂਦੇ ਹੋਏ ਨੇ ਅਤੇ ਆਉਂਦੇ ਹੋਏ ਨੇ ਕੁਛ ਰਸਤੇ 'ਚ ਖਾਣਾ ਪੀਣਾ ਵੀ ਆ ਜੀ ਠੀਕ ਹੈ ਜੀ ਜੇਕਰ ਹੁਣ ਮੈਨੂੰ ਸੀਮਿਤ ਪੈਸੇ ਮਿਲਣਗੇ ਮੈਂ ਤਾਂ ਹੀ ਚੱਲੂੰਗਾ ਨਾ ਅਤੇ ਉਸੇ ਤਰ੍ਹਾਂ ਹੀ ਪਲੇਅਰ ਨੇ ਜਿਹੜੇ ਉਹ ਵੀ ਇੱਕ ਆਮ ਜਨਰਲ ਘਰਾਂ ਦੇ ਬੱਚੇ ਨੇ ਕੋਈ ਤਕੜੇ ਕਰੋੜਪਤੀਆਂ ਦੇ ਬੱਚੇ ਤਾਂ ਉਹ ਹੈ ਨਹੀਂ ਗੇ ਜਿਹੜਾ ਰੋਜ਼ ਘਰੋਂ ਖਰਚ ਕੇ ਖੇਡ ਲੈਣ ਜੀ ਤਕਰੀਬਨ ਦਿਹਾੜੀਦਾਰ ਮਜ਼ਦੂਰਾਂ ਦੇ ਬੱਚੇ ਨੇ ਜਿਹੜੇ ਕਬੱਡੀ ਜ਼ਿਆਦਾ ਖੇਡਦੇ ਨੇ ਪਰ ਉਹਨਾਂ ਨੂੰ ਖਾਲੀ ਮੁੜਨਾ ਪੈਂਦਾ ਨਵਿਆਂ ਨੂੰ ਪੁੱਛਦੇ ਨਹੀਂ ਕੋਈ ਅਤੇ ਜਦੋਂ ਨਵਿਆਂ ਨੂੰ ਪੁੱਛੋਗੇ ਨਹੀਂ ਤਾਂ ਫਿਰ ਉਹ ਅੱਗੇ ਕਿਵੇਂ ਆਉਣਗੇ ਜਿਹੜੀ ਇੱਕ ਚੀਜ਼ ਇਹ ਚੱਲਦੀ ਆ ਵੀ ਕਈ ਟੀਮਾਂ ਹੁਣ 50-50 ਹਜ਼ਾਰ 60-60 ਹਜ਼ਾਰ ਕਿਰਾਇਆ ਲੈਂਦੀਆਂ 40-40 ਹਜ਼ਾਰ ਆਮ ਗੱਲ ਹੋਈ ਪਈ ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਾ ਕਿ ਤੁਹਾਨੂੰ ਇਹ ਲੱਗਦਾ ਗਾ ਵੀ ਹਾਂ ਬਹੁਤ ਵੱਡੀ ਉਹਨਾਂ ਨੇ ਨੌਜਵਾਨਾਂ ਨੇ ਕਮਾਈ ਕਰੀ ਵੀ ਆ ਮਿਹਨਤ ਵੀ ਲੈਣਾ ਬਣਦਾ ਵੀ ਆ ਇਸ ਗੱਲ ਨੂੰ ਲੈ ਕੇ ਕਿੱਥੇ ਗੱਲ ਰਹਿ ਜਾਂਦੀ ਆ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਮਿਹਨਤ ਕਰੀ ਆ ਬੱਚਿਆਂ ਨੇ ਜੀ ਤਦੀ ਉਹ ਇੰਨੇ ਤਕੜੇ ਬਣੇ ਨੇ ਠੀਕ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਤੁਸੀਂ 100 ਕਿਲੋਮੀਟਰ 200 ਕਿਲੋਮੀਟਰ ਵਾਲੀ ਟੀਮ ਨੂੰ ਤਾਂ ਦਿੰਦੇ ਹੋ 50 ਹਜ਼ਾਰ ਹੱਸ ਕੇ ਦਿੰਦੇ ਹੋ ਨਾਲੇ ਜੀ ਪਰ ਆਪਦਾ ਗੁਆਂਢੀ ਤੁਹਾਡੇ ਭੁੱਖਾ ਮੁੜ ਜਾਂਦਾ ਇਹ ਕਿੱਥੋਂ ਦਾ ਇਨਸਾਫ ਆ ਮੈਂ ਇਹ ਕਹਿਣਾ ਕਿ ਪਹਿਲਾਂ ਆਪਣੇ ਗੁਆਂਢ ਨੂੰ ਸਾਂਭੋ ਦੂਰ ਵਾਲੇ ਹੁਣ ਤਾਂ ਬਾਅਦ 'ਚ ਦੇਖੋ ਤੁਹਾਨੂੰ ਲੱਗਦਾ ਵੀ ਜ਼ਿਆਦਾ ਪੈਸੇ ਦੀ ਇਨਵੋਲਵਮੈਂਟ ਨੇ ਸਾਰਾ ਢਾਂਚਾ ਹਿਲਾਇਆ ਹੈਗਾ ਇਹਨੂੰ ਸੰਭਾਲਿਆ ਨਹੀਂ ਗਿਆ ਜਾਂ ਉਸ ਹਿਸਾਬ ਦੇ ਨਾਲ ਸਰਕਾਰਾਂ ਵੀ ਕਮਜ਼ੋਰ ਰਹਿ ਗਈਆਂ ਵੀ ਇਹ ਖੇਡ ਨੂੰ ਕਿੱਥੇ ਅਸੀਂ ਉੱਪਰ ਲੈ ਕੇ ਜਾਣਾ ਸੀ ਕਿੱਥੇ ਇੱਥੇ ਵਰਲਡ ਕੱਪ ਹੋਣ ਲੱਗੇ ਕਿੱਥੇ ਡਾਊਨਫਾਲ ਵੱਲ ਬਹੁਤ ਨੈਗੇਟਿਵਿਟੀ ਫੈਲ ਰਹੀ ਆ ਕਿ ਇਹ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਆ ਵੀ ਗਰਾਊਂਡਾਂ 'ਚ ਸਾਰਾ ਕੁਝ ਠੀਕ ਹੈ ਸਰਕਾਰਾਂ ਨੇ ਤਾਂ ਕਬੱਡੀ ਨੂੰ ਵਰਤਿਆ ਸਾਂਭਿਆ ਨਹੀਂ ਵਰਤਿਆ ਜ਼ਰੂਰ ਆ ਪਰ ਇਹਨੂੰ ਇਹ ਲੋਕਾਂ ਦੀ ਖੇਡ ਆ ਇਹਨੂੰ ਲੋਕ ਹੀ ਸਾਂਭ ਸਕਦੇ ਨੇ ਜੇ ਤੁਸੀਂ ਸਰਕਾਰਾਂ ਤੋਂ ਆਸ ਰੱਖੋ ਤਾਂ ਸਰਕਾਰਾਂ ਨੇ ਤਾਂ ਹੁਣ ਵਾਲੀਆਂ ਨੇ ਵੀ ਕੁਛ ਨਹੀਂ ਕਰਨਾ ਪਰ ਆਹ ਬਾਅਦ ਬਹੁਤ ਵਧੀਆ ਲੱਗਾ ਪਿੱਛੇ ਜਿਹੜਾ ਭਗਵੰਤ ਮਾਨ ਜੀ ਨੇ ਵਤਨ ਪੰਜਾਬ ਦੀਆਂ ਖੇਡਾਂ ਕਰਵਾਈਆਂ ਵਧੀਆ ਮੈਸੇਜ ਦਿੱਤਾ ਉਹਨਾਂ ਨੇ ਸਮਾਜ ਨੂੰ ਸਪੋਰਟਸ ਪ੍ਰਤੀ ਪਰ ਅੱਜ ਜੇ ਤੁਸੀਂ ਸਰਕਾਰਾਂ ਤੋਂ ਝਾਕ ਰੱਖਦੇ ਹੋ ਤਾਂ ਸਰਕਾਰਾਂ ਕਬੱਡੀ ਗਰਾਊਂਡ 'ਚ ਕੀ ਕਰਨਗੀਆਂ ਆ ਕੇ ਉਹ ਕਰ ਹੀ ਨਹੀਂ ਸਕਦੇ ਕੁਛ ਕਬੱਡੀ ਨੂੰ ਸਾਂਭਣਾ ਤਾਂ ਸਾਡਾ ਕੰਮ ਆ ਆਮ ਲੋਕਾਂ ਦਾ ਸਾਡੇ 'ਚੋਂ ਹੀ ਉਪਜੀ ਆ ਇਹ ਸਾਡੇ ਤੋਂ ਹੀ ਸ਼ੁਰੂ ਹੁੰਦੀ ਆ ਅਤੇ ਅਸੀਂ ਵੀ ਇਹਨੂੰ ਸਾਂਭ ਸਕਦੇ ਹਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਪੰਜਾਬ ਜਿਵੇਂ ਹਰਿਆਣਾ ਗੇਮਜ਼ ਵਿੱਚ ਸਭ ਤੋਂ ਬਹੁਤ ਅੱਗੇ ਨਿਕਲ ਗਿਆ ਕਦੇ ਹਰਿਆਣੇ ਵਾਲਿਆਂ ਨੂੰ ਕਬੱਡੀ ਬਾਰੇ ਪਤਾ ਹੀ ਨਹੀਂ ਹੁੰਦਾ ਸੀ ਪਰ ਅੱਜ ਸਾਰੇ ਰੋਜ਼ ਦੇ ਮੈਚ ਦੇਖੋ ਪੰਜਾਬ 'ਚੋਂ ਹਰਿਆਣੇ ਦੀ ਟੀਮਾਂ ਜਿੱਤ ਕੇ ਜਾ ਰਹੀਆਂ ਚਾਹੇ ਉਹ ਵਜਨ ਦੀ ਕਬੱਡੀ ਦੇ ਨੇ ਚਾਹੇ ਉਹ ਓਪਨ ਦੇ ਨੇ ਚਾਹੇ ਉਹ ਆਲ ਓਪਨ ਦੇ ਨੇ
ਸਾਡੇ ਲੋਕ ਜਦੋਂ ਤੱਕ ਸਾਡੇ ਲੋਕ ਅਵੇਅਰ ਨਹੀਂ ਹੁੰਦੇ ਨਾ ਉਦੋਂ ਤੱਕ ਸਰਕਾਰ ਵੀ ਕੁਛ ਨਹੀਂ ਕਰ ਸਕਦੀ। ਸਰਕਾਰ ਵੀ ਤਦ ਹੀ ਕਰੂਗੀ ਜੇ ਅਸੀਂ ਆਪਦੇ ਵੱਲੋਂ ਹਮਲਾ ਮਾਰਾਂਗੇ। ਤੁਹਾਨੂੰ ਲੱਗਦਾ ਵੀ ਜਿਹੜੀਆਂ ਕਮੇਟੀਆਂ ਜਾਂ ਲੋਕ ਜਿਹੜੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਆ, ਠੀਕ ਆ ਉਹ ਕਬੱਡੀ ਨੂੰ ਬਹੁਤ ਹੰਗਾਰਾ ਦੇ ਰਹੇ ਨੇ, ਪਰ ਇੱਕ ਪਾਸੇ ਇਹ ਵੀ ਸਾਡੇ ਬਹੁਤ ਸਾਰੇ ਜਿਹੜੇ ਕਮੇਟੀ ਵਾਲੇ ਉਹ ਕਹਿ ਦਿੰਦੇ ਵੀ ਵੱਡਾ ਪਲੇਅਰ ਹੀ ਆਵੇ, ਵੱਡੇ ਹੀ ਖੇਡਣ, ਸਾਡੇ ਸਾਡਾ ਹੀ ਜਿਹੜਾ ਗਰਾਊਂਡ ਆ ਉਹ ਭਰੇ, ਸਾਡਾ ਹੀ ਮੇਲੇ ਦੇ ਵਿੱਚ ਇਕੱਠ ਹੋਵੇ, ਸਾਡਾ ਹੀ ਕੱਪ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਆਲੇ ਦੁਆਲੇ 30-40 ਪਿੰਡਾਂ ਦਾ ਇਕੱਠ ਹੋਵੇ, ਬੱਲੇ ਬੱਲੇ ਹੋਵੇ। ਸਿਰਫ ਉਹ ਵੀ ਇੱਕ ਨਾਂ ਪਿੱਛੇ ਦੌੜ ਰਹੇ ਨੇ, ਪਨੀਰੀ ਕਣੀ ਕੋਈ ਚਾਕ ਨਹੀਂ ਕਿਹਾ। ਬਿਲਕੁਲ ਜੀ, ਉਹ 2 ਮਿੰਟ ਲਈ ਸਪੀਕਰਾਂ 'ਚ ਨਾਂ ਬੁਲਾਉਣਾ ਹੁੰਦਾ, ਹੋਰ ਕੁਛ ਨਹੀਂ। ਹੋਮੇ ਕਹਿ ਲਓ, ਇੱਕ ਆਪਦੀ ਹੋਮੇ ਨੂੰ ਪੱਠੇ ਪਾਏ ਜਾਂਦੇ ਨੇ, ਹੋਰ ਕੁਛ ਨਹੀਂ। ਜੇ ਹੁਣ ਬੱਚੇ ਖੇਡ ਰਹੇ ਨੇ, ਮੰਨ ਲਓ 32-35 ਦੇ ਮੈਚ ਨੇ, ਉੱਥੇ ਕੋਈ ਨਾਂ ਨਹੀਂ ਉਹਨਾਂ ਦਾ ਕੋਈ ਸਪੀਕਰਾਂ 'ਚ ਬੋਲ ਰਿਹਾ, ਅਤੇ ਨਾ ਹੀ ਉਹ ਬੱਚਿਆਂ ਦੇ ਉੱਤੇ ਉਹ 1000 ਰੁਪਈਆ ਲਾਉਣ। ਜਦੋਂ ਕਿ ਮੇਰੀ ਸੋਚ ਇਹ ਆ ਵੀ ਉਹ ਪੈਸਾ ਤੁਸੀਂ 1000 'ਚ ਨਹੀਂ ਤਾਂ 100 'ਚ ਲਾਓ, ਉਹਨਾਂ ਬੱਚਿਆਂ 'ਤੇ ਤਾਂ ਲਾਓ। ਜੋ ਬੱਚਿਆਂ ਦੀ ਜੇਬ 'ਚ 4 ਪੈਸੇ ਘਰੇ ਜਾਣਗੇ ਤਾਂ ਉਹ ਦੁੱਧ ਵੀ ਖਰੀਦ ਲੈਣਗੇ, ਉਹਦਾ ਘਿਓ ਵੀ ਖਰੀਦ ਲੈਣਗੇ, ਬਦਾਮ ਵੀ ਖਰੀਦ ਲੈਣਗੇ, ਉਹਨੂੰ ਖਾ ਕੇ ਫਿਰ ਉਹ ਗਰਾਊਂਡ 'ਚ ਆਉਣਗੇ। ਉਹ ਮੋਟੀਵੇਟ ਹੋਣਗੇ ਵੀ ਹਾਂ ਯਾਰ ਮੈਂ ਅੱਜ 1000 ਲੈ ਕੇ ਆਇਆ, ਕੱਲ੍ਹ ਨੂੰ 1200 ਵੀ ਲੈ ਕੇ ਆਊਂ, ਕੱਲ੍ਹ ਨੂੰ 2000 ਵੀ ਲੈ ਕੇ ਆਊਂ। ਉਹਨਾਂ ਨੂੰ ਪ੍ਰਫੁੱਲਿਤ ਕਰੋ, ਉਹੀ ਪੈਸਾ ਉੱਥੇ ਲਾਓ। ਅਗਰ ਤੁਸੀਂ ਵੱਡੇ ਵੋਟਾਂ ਦੇ ਉੱਤੇ ਹੀ ਦੇਖੀ ਜਾਣਾ ਵੀ ਇਹਦੇ 'ਤੇ ਪੱਤੇ ਇੰਨੇ ਨੇ, ਤਾਂ ਫਿਰ ਐਡੇ ਵੱਡੇ ਬੋਰਡ ਪੈਦਾ ਕਰੇ ਕਿਵੇਂ ਹੋਣਗੇ? ਜੇ ਪਹਿਲਾਂ ਥੱਲੇ ਉਹ ਛੋਟੇ ਪੌਦੇ ਤਾਂ ਉਗਾਓ, ਜੇ ਪੌਦਿਆਂ ਨੂੰ ਪਾਣੀ ਦੇਵਾਂਗੇ ਫਿਰ ਉਹ ਬੋਰਡ ਵੀ ਬਣ ਜਾਣਗੇ। ਛੋਟੇ ਬੱਚਿਆਂ ਨੂੰ ਸਾਂਭੋ, ਉਹੀ ਪੈਸਾ ਉਹਨਾਂ ਦੇ ਉੱਤੇ ਲਾਵੋ। ਜਿਹੜੀਆਂ ਕੰਬਾਈਨਾਂ ਟਰੈਕਟਰ ਰੱਖਦੇ ਹੋ ਤਾਂ ਉਹ ਇੱਕ ਏਰੀਏ ਭਰਦੇ ਪਲਿਆਰਾਂ 'ਚ, ਪਹਿਲਾਂ ਆਪਦੇ ਇਲਾਕੇ ਨੂੰ ਤਕੜਾ ਕਰੋ, ਆਪਦੇ ਪਿੰਡ ਨੂੰ ਤਕੜਾ ਕਰੋ, ਆਪਦੇ ਇਲਾਕੇ ਨੂੰ ਤਕੜਾ ਕਰੋ, ਉਸ ਤੋਂ ਬਾਅਦ ਬਾਹਰ ਚੱਕੋ। ਇੱਕ ਜਿਹੜਾ ਹੋਰ ਵੀ ਸਵਾਲ ਆਉਂਦਾ, ਨੋਰਮਲ ਸਵਾਲ ਹੀ ਆ ਜੇ ਆਪਾਂ ਕਹਿ ਦਈਏ, ਕਾਮਨ ਸਵਾਲ ਆ ਵੀ ਉਹ ਇਹ ਪੁੱਛਦਾ ਵੀ ਕਬੱਡੀ ਖਤਮ ਹੋਣ ਦਾ ਕਾਰਨ ਕੌਣ ਆ? ਕੋਈ ਕਹਿ ਦਿੰਦਾ ਵੀ ਕਮੈਂਟਰੀ ਵਾਲੇ ਜ਼ਿਆਦਾ ਉਹ ਕਰਤਾ ਸਿਸਟਮ, ਕੋਈ ਕਹਿੰਦਾ ਠੇਕੇਦਾਰੀ ਸਿਸਟਮ, ਕੋਈ ਕਹਿੰਦਾ ਖਿਡਾਰੀਆਂ ਨੇ, ਕੋਈ ਨਸ਼ੇ ਦੀ ਗੱਲ ਕਰਦਾ ਕੋਈ। ਤੁਹਾਡਾ ਜਿਵੇਂ ਤਜਰਬਾ ਬਹੁਤ ਸਾਰਾ ਰਿਹਾ, 1985-86 ਤੋਂ ਤੁਸੀਂ ਲਗਾਤਾਰ ਖੇਡ ਮੈਦਾਨਾਂ ਦੇ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਲੱਗਦਾ ਵੀ ਖਤਮ ਕਰਨ ਵਾਲਾ ਕੌਣ ਆ ਜਾਂ ਇਸ ਨੂੰ ਜਿਹੜਾ ਨਿਘਾਰ ਵੱਲ ਲੈ ਕੇ ਜਾ ਰਹੇ ਆ, ਨਿਘਾਰ ਵੱਲ ਲੈ ਕੇ ਜਾਣ ਵਾਲਾ ਕੌਣ ਆ? ਬਿਲਕੁਲ ਜੀ, ਠੇਕੇਦਾਰੀ ਸਿਸਟਮ ਨੇ ਕਰਿਆ ਸਾਰਾ ਕੁਛ। ਜੇ ਮੈਂ ਠੇਕਾ ਲੈ ਲਿਆ ਜੀ, ਹਾਂ ਜੀ ਮੈਂ 8 ਲੱਖ ਰੁਪਇਆ ਪਾਓ ਮੇਰੀ ਜੇਬ 'ਚ, ਮਰਜ਼ੀ ਦੇ ਮੈਂ ਟੀਮਾਂ ਲਿਆਊਂਗਾ, ਮੇਰੀ ਮਰਜ਼ੀ ਦੇ ਸਮੇਂ ਅਨੁਸਾਰ ਮੈਚ ਹੋ ਜਾਣਗੇ ਜੀ। ਅਤੇ ਉੱਥੇ ਆਮ ਤਾਂ ਫਿਰ ਮੇਰੇ ਵਰਗਾ ਜਿਹੜਾ ਉਹ ਤਾਂ ਬਾਹਰ ਖੜ ਕੇ ਜਾਲ ਤੋਂ ਬਾਹਰ ਖੜ ਕੇ ਹੀ ਸੋਚ ਸਕਦਾ ਵੀ ਮੈਂ ਕਿਵੇਂ ਖੇਡਾਂ, ਕਿਉਂਕਿ ਮੇਰੇ 'ਚੋਂ ਥਾਂ ਹੀ ਨਹੀਂ ਛੱਡੀ ਉਹਨਾਂ ਨੇ। ਖੁੱਲ੍ਹਾ ਸੱਦਾ ਪੱਤਰ ਜਿਸ ਤਰ੍ਹਾਂ ਪਹਿਲਾਂ ਦਿੱਤਾ ਜਾਂਦਾ ਸੀ, ਅੱਜ ਵੀ ਖੁੱਲ੍ਹੇ ਸੱਦੇ ਪੱਤਰ 'ਤੇ ਟੀਮਾਂ ਸੱਦੋ ਜੀ, ਏਰੀਏ ਦੇ ਸੱਦੋ। ਬਸ ਮੇਰਾ ਸਾਰਿਆਂ ਨਾਲੋਂ ਵੱਧ ਜ਼ੋਰ ਇਹੀ ਆ ਵੀ ਪਹਿਲਾਂ ਆਪਦੇ ਇਲਾਕੇ ਨੂੰ ਤਕੜਾ ਕਰੋ। ਜਦੋਂ ਤੁਸੀਂ ਇੱਕ ਚੀਜ਼ ਦਾ ਠੇਕਾ ਦਿੱਤਾ ਠੇਕੇਦਾਰ ਨੇ, ਤਾਂ ਫਿਰ ਆਪਣੀ ਮਰਜ਼ੀ ਕਰਨੀ ਆ ਨਾ, ਅਤੇ ਤੁਸੀਂ ਉਹਦੇ ਉੱਪਰ ਦੀ ਫਿਰ ਵੀ ਰੁਪਈਏ ਵਾਰੀ ਜਾਂਦੇ ਹੋ। ਆਪਦੇ ਪਲੇਅਰਾਂ ਨੂੰ ਤਕੜੇ ਕਰੋ, ਆਪਦੇ ਬੱਚਿਆਂ ਨੂੰ, ਆਪਣੇ ਘਰ ਦੇ ਬੱਚਿਆਂ ਨੂੰ ਤਕੜੇ ਕਰੋ ਪਹਿਲਾਂ। ਜੇ ਠੇਕੇਦਾਰਾਂ ਦੇ ਹੱਥ ਫੜਾ ਤੇ ਠੇਕੇਦਾਰ ਨੇ, ਤਾਂ ਫਿਰ ਆਪਦੀ ਮਰਜ਼ੀ ਦੇ ਸੀਮੈਂਟ ਲਾਊਗਾ, ਰੇਤਾ ਕਿੰਨਾ ਪਾਉਣਾ, ਸੀਮੈਂਟ ਕਿੰਨਾ ਪਾਉਣਾ, ਉਹ ਤਾਂ ਉਹਦੀ ਮਰਜ਼ੀ ਆ। ਜਿਹੜਾ ਤੁਹਾਡਾ ਕੰਮ ਆ ਕਬੱਡੀ ਦੇ ਵਿੱਚ, ਖਾਸ ਕਰਕੇ ਰੈਫਰੀਆਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉੱਠਦੀਆਂ, ਤੁਹਾਨੂੰ ਲੱਗਦਾ ਵੀ ਜਿਹੜੀ ਰੈਫਰੀ ਵਾਲਾ ਕੰਮ ਹੋ ਰਿਹਾ ਹੈਗਾ, ਇਹ ਵੀ ਸਵਾਲ ਆਉਂਦਾ ਵੀ ਕਬੱਡੀ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ, ਤਾਂ ਕਰਕੇ ਬਹੁਤ ਸਾਰਾ ਢਾਂਚਾ ਹਿੱਲ ਗਿਆ, ਆਪਦੀ ਮਰਜ਼ੀ ਨਾਲ ਹੀ ਸਾਰਾ ਸਿਸਟਮ ਬਣਾਇਆ ਹੋਇਆ, ਬਸ ਉਵੇਂ ਚੱਲਦਾ ਗਾ, ਫਿਰ ਆਪਦੀ ਮਰਜ਼ੀ ਦੇ ਅਕੋਰਡਿੰਗ ਹੀ ਢਾ ਲੈਂਦੇ ਆ, ਚੀਜ਼ਾਂ ਬਣਾ ਲੈਂਦੇ ਆ ਰੈਫਰੀ, ਤੁਹਾਨੂੰ ਲੱਗਦਾ ਉਵੇਂ ਸਿੱਖੇ ਵੇ ਆ, ਉਵੇਂ ਹੈਗੇ ਆ ਤਜਰਬੇ ਕਰਕੇ ਉੱਥੇ ਵੀ ਸਿਸਟਮ ਹਿੱਲ ਗਿਆ? ਬਈ ਰੈਫਰੀ ਵਾਲੇ ਪੱਖ ਤੋਂ ਤਾਂ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਜਿੰਨੇ ਬੱਚੇ ਮੇਰੇ ਕੋਲ ਪਹਿਲਾਂ ਖੇਡ ਕੇ ਗਏ ਨੇ ਪੁਰਾਣੇ, ਤਕਰੀਬਨ ਉਹ ਬੱਚੇ ਹੁਣ ਬਿਸਲਾਂ ਲੈ ਕੇ ਰੈਫਰੀ ਦੇ ਰੂਪ 'ਚ ਮੈਨੂੰ ਗਰਾਊਂਡ 'ਚ ਮਿਲਦੇ ਨੇ। ਰੈਫਰੀ ਵਾਲੇ ਪੱਖ ਤੋਂ ਪੋਜ਼ਿਟਿਵ ਆ ਕਬੱਡੀ, ਉਹਨੇ ਸੁਣਦੇ ਆ ਕਿ ਸੁਣਦੇ ਨਹੀਂ? ਮੈਂ ਹਰੇਕ ਦੇ ਕੰਨ 'ਚ ਫੂਕ ਮਾਰਦਾ ਵੀ ਭਾਈ ਜਿੱਥੇ ਤੁਸੀਂ ਜਾਂਦੇ ਹੋ ਮੋਟੀਵੇਟ ਕਰੋ ਕਮੇਟੀਆਂ ਨੂੰ, ਸਮਝਾਓ ਇਹਨਾਂ ਨੂੰ, ਇਕੱਲਾ 4 ਮਿੰਟ ਸਪੀਕਰਾਂ 'ਚ ਨਾ ਬੋਲ ਕੇ ਕਬੱਡੀ ਨਹੀਂ ਬਚਣੀ। ਜੇ ਕਬੱਡੀ ਬਚਾਉਣੀ ਆ ਤਾਂ ਮੈਂ ਉਹਨਾਂ ਪਲੇਅਰਾਂ ਨੂੰ ਇਹੀ ਕਹਿਣਾ ਹੁੰਦਾ ਵੀ ਜੇ ਤੁਹਾਡੇ ਵਰਗੇ, ਜਿਵੇਂ ਬਾਬਾ ਮਤੋਈ ਮੇਰੇ ਨਾਲ ਪਰਸੋਂ ਖੇਡ ਮੇਲੇ ਤੁਸੀਂ, ਮੈਂ ਬਾਬੇ ਨੂੰ ਕਿਹਾ ਮੈਂ ਬਾਬੇ ਨਵੇਂ ਬਾਬੇ ਪੈਦਾ ਕਰਨੇ ਤਾਂ ਛੋਟੇ ਵੇਟ ਤੋਂ ਬੱਚਿਆਂ ਨੂੰ ਖਿਲਾਓ, ਕਿਉਂਕਿ ਬਾਬਾ ਮਤੋਈ ਵੀ 32 ਕਿਲੋ ਦੀ ਖੇਡਿਆ ਟੌਪ ਖੇਡਿਆ। ਅਤੇ ਮੇਰੀ ਤਾਂ ਰੈਫਰੀ ਵੱਲੋਂ ਤਾਂ ਮੈਂ ਸੰਤੁਸ਼ਟ ਹਾਂ, ਰੈਫਰੀ ਦਾ ਬਹੁਤ ਵਧੀਆ ਬੱਚੇ ਨੇ ਜਿਹੜੇ ਇਸ ਵੇਲੇ ਗਰਾਊਂਡ 'ਚ ਨੇ, ਜਦੋਂ ਕਿ ਮੇਰਾ ਆਪਣਾ ਸ਼ਗਿਰਦ ਬਿੱਲਾ ਗਾਲਬ ਇਸ ਵੇਲੇ ਟੌਪ ਰੈਫਰੀ ਆ, ਮੈਨੂੰ ਮਾਣ ਆ ਉਹਦੇ 'ਤੇ। ਠੀਕ ਆ ਜੀ, ਡੈਣੀ ਦਿੜਵਾ ਬਹੁਤ ਟੌਪ ਰੈਫਰੀ ਆ, ਰਾਜ ਕੱਕਰ ਵਾਲੇ ਹੋਣੀ, ਕਾਲਾ ਝਨੇੜੀ, ਸਤਗੁਰ ਝਨੇੜੀ, ਕਸ਼ਮੀਰ ਘਰਾਚੋਂ ਟੌਪ ਰੈਫਰੀ ਨੇ,
ਪਰ ਉਹ ਕੋਈ ਮੁਸ਼ਕਲਾਂ ਤੁਹਾਨੂੰ ਜਾਂ ਅੱਜ ਦੇ ਸਮੇਂ 'ਚ ਜੋ ਤੁਸੀਂ ਜਾਂਦੇ ਹੋ ਖਿਡਾਰੀ ਉਸ ਹਿਸਾਬ ਨਾਲ ਰਿਸਪੈਕਟ ਕਰ ਰਹੇ ਆ ਸੀਨੀਅਰ ਦੀ ਜਾਂ ਖਾਸ ਕਰਕੇ ਰੈਫਰੀਆਂ ਦੀ ਕਿ ਉਹ ਸਿਸਟਮ ਉੱਥੇ ਵੀ ਥੋੜ੍ਹਾ ਜਿਹਾ ਫਰਕ ਪਿਆ ਗਾ ਕਿ ਠੀਕ ਆ ਸਾਰਾ ਕੁਝ? ਪਹਿਲਾਂ ਸਾਡੇ ਵੇਲੇ ਤਾਂ ਇਹ ਹੁੰਦਾ ਸੀ ਕਿ ਸਾਡੇ ਕੋਲ ਹੋਲਡ ਹਾਰਡ ਦਾ ਕੋਈ ਹੈ ਨਹੀਂ ਸੀ ਸਿਸਟਮ। ਹੁਣ ਤਾਂ ਜੇ ਕੋਈ ਕਿਸੇ ਪੁਆਇੰਟ ਦੇ ਉੱਤੇ ਪਲੇਅਰ ਕੈਂਤੂ ਪਰੰਤੂ ਵੀ ਕਰਦੇ ਨੇ ਉੱਥੇ ਰੈਫਰੀ ਜੋ ਕਹਿੰਦੇ ਨੇ ਇਹਨੂੰ ਹੋਲਡ ਕਰ ਦਿਓ। ਇਹ ਬਹੁਤ ਵਧੀਆ ਪੱਖਾ, ਪੋਜ਼ਿਟਿਵ ਪੱਖਾ ਕਿ ਕਬੱਡੀ ਗਰਾਊਂਡ 'ਚ ਰੌਲਾ ਨਹੀਂ ਪੈਂਦਾ। ਪਰ ਹਾਂ, ਜਿਨ੍ਹਾਂ ਨੂੰ ਕੋਈ ਅਨੁਸਾਸ ਨਹੀਂ ਜਾਂ ਸਪੋਰਟਸਮੈਨਸ਼ਿਪ ਹੈ ਨਹੀਂ, ਉਹਨਾਂ ਤਾਂ ਅੱਜ ਵੀ ਨਹੀਂ ਸੁਧਰੇ, ਉਹਨਾਂ ਨੇ ਕੱਲ੍ਹ ਵੀ ਨਹੀਂ ਸੁਧਰਨਾ। ਕਬੱਡੀ ਦੀ ਬਿਹਤਰੀ ਲਈ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਲੋਕ ਅੱਗੇ ਆਉਣ, ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ MLK ਬਣੀ ਆ ਜਾਂ ਹੋਰ ਫੈਡਰੇਸ਼ਨਾਂ, ਪਹਿਲਾਂ ਵੀ ਨੌਰਥ ਇੰਡੀਆ ਰਹੀ, ਪੰਜਾਬ ਫੈਡਰੇਸ਼ਨਾਂ ਨੌਰਥ ਦੇ ਹੁਣ ਵੀ ਮੈਚ ਚੱਲਦੇ ਆ, ਵੀ ਉੱਥੇ ਸੁਧਾਰ ਦੀ ਲੋੜ ਆ ਕਿ ਤੁਹਾਨੂੰ ਲੱਗਦਾ ਵੀ ਸਾਰੇ ਢਾਂਚੇ ਨੂੰ ਭੰਗ ਕਰਕੇ ਵੀ ਇੱਕ ਨਵਾਂ ਢਾਂਚਾ ਬਣਨਾ ਚਾਹੀਦਾ, ਕੋਈ ਬੰਦਿਆਂ ਨੂੰ ਮੂਹਰੇ ਆਉਣਾ ਚਾਹੀਦਾ, ਕਿ ਉਹ ਸਿਰਫ ਬਸ ਵੀ ਇਹੀ ਆ ਵੀ ਉਹੀ ਨਾਮ ਵਾਲੀ ਭੁੱਖੀ ਆ, ਬਸ ਉਹਦੇ ਲਈ ਹੀ ਚੱਲ ਰਿਹਾ ਹੈਗਾ, ਕਬੱਡੀ ਦੀ ਬਿਹਤਰੀ ਲਈ ਨਹੀਂ? ਬਸ ਦੇਖੋ, ਜਿਹੜਾ ਤਾਂ ਮੈਂ ਦੇਖੋ ਕਿਸੇ ਫੈਡਰੇਸ਼ਨ ਦਾ ਵਿਰੋਧੀ ਨਹੀਂ, ਨਾ ਹੀ ਮੈਂ ਕਿਸੇ ਫੈਡਰੇਸ਼ਨ ਦਾ ਹਿੱਸਾ। ਹਾਂ, ਠੀਕ ਹੈ ਜੀ ਜੀ। ਫੈਡਰੇਸ਼ਨਾਂ ਨੇ ਤਾਂ ਬਹੁਤ ਵੱਡੀ ਢਾਲ ਆਈ ਹੈ ਯਾਰ ਕਬੱਡੀ ਦੀ। ਜਿਹੜਾ ਇਹ ਠੇਕੇਦਾਰੀ ਸਿਸਟਮ ਚੱਲਿਆ ਨਾ, ਇਹ ਵੀ ਫੈਡਰੇਸ਼ਨਾਂ ਦੀ ਦੇਣ। ਪਹਿਲਾਂ ਠੇਕੇਦਾਰੀ ਫੈਡਰੇਸ਼ਨ ਦੇ ਨਾਂ ਥੱਲੇ ਹੋ ਜਾਂਦੀ ਸੀ, ਹੁਣ ਜਿਹੜੇ ਜਿਵੇਂ ਕਹਿੰਦੇ ਨੇ ਵੀ ਕੱਚ ਘਰੜ ਕੋਚ ਬਣੇ ਫਿਰਦੇ ਨੇ, ਇਹ ਸਿਸਟਮ ਤਾਂ ਭੰਗ ਹੋ ਜਾਣਾ ਚਾਹੀਦਾ। ਕਬੱਡੀ ਜਿਸ ਦਾ ਸਰੂਪ ਜਿਹੜਾ 88-90-95 ਤੱਕ ਸੀ, 95 ਤੋਂ ਵਿਗੜਿਆ ਸਰੂਪ ਕਬੱਡੀ ਦਾ, ਉਹੀ ਸਰੂਪ ਪਹਿਲਾਂ ਲੋਕਲ ਉਹੀ ਪੇਂਡੂ ਜੋ ਜਿਹੋ ਜਿਹੇ ਆਪਾਂ ਦੇਸੀ ਪੇਂਡੂ ਕਹਾਉਂਦੇ ਹਾਂ ਨਾ, ਉਹਦਾ ਸਰੂਪ ਵੀ ਖੇਡਦਾ ਉਹੀ ਦੇਸੀ ਪੇਂਡੂ ਰੱਖੋ। ਜੇ ਤੁਸੀਂ ਇਹਨੂੰ ਹਾਈ ਫਾਈ ਬਣਾਓਗੇ, ਮੈਂ ਤਾਂ ਅਕਸਰ ਕਹਿਣਾ ਹੁੰਦਾ, ਇੱਕ ਦਿਨ ਇੰਦਰਜੀਤ ਕਾਲਸੀਆ ਨੂੰ ਹੱਸਦਾ ਸੀ, ਮਹਾਜਾਰ ਹੁਣ ਤਾਂ ਕਬੱਡੀ ਦਾ ਆਰਕੈਸਟਰਾ ਹੋਣ ਲੱਗ ਗਿਆ। ਸ਼ਾਮ ਨੂੰ 6 ਵਜੇ 4 ਟੀਮਾਂ ਆਉਂਦੀਆਂ ਨੇ, ਸ਼ਾਮ ਨੂੰ 6 ਵਜੇ ਲਾਈਟਾਂ ਜਾਂਦੀਆਂ ਨੇ, ਉਦੋਂ ਮੈਚ ਸ਼ੁਰੂ ਹੁੰਦੇ ਨੇ, ਰਾਤ ਨੂੰ 12 ਵਜੇ 1 ਵਜੇ ਫਾਈਨਲ ਹੁੰਦਾ। ਜਦੋਂ ਕਿ ਕਬੱਡੀ ਸਵੇਰੇ 10 ਵਜੇ ਸ਼ੁਰੂ ਹੋਣੀ ਚਾਹੀਦੀ ਹੈ, ਸ਼ਾਮ ਨੂੰ 5 ਵਜੇ ਮੈਚ ਖਤਮ ਹੋ ਜਾਣੇ ਚਾਹੀਦੇ ਨੇ ਸੂਰਜ ਖੜੇ। ਪਹਿਲਾਂ ਇਹੀ ਸਰੂਪ ਸੀ, ਪਰ ਹੁਣ ਆ ਜਿਹੜਾ ਲਾਈਟਾਂ ਲਾ ਕੇ ਇਹ ਤਾਂ ਜਮਾਂ ਹੀ ਬਰਬਾਦੀ ਵੱਲ ਜਾ ਰਹੀ ਆ। ਜੇ ਤੁਹਾਡੀ ਗੱਲ ਕਰਦੇ ਹਾਂ ਨਿੱਜੀ ਜ਼ਿੰਦਗੀ ਦੀ, ਮੈਂ ਥੋੜ੍ਹੀ ਜਿਹੀ ਗੱਲ ਕਰੂੰਗਾ ਜੀ, ਤਾਂ ਤੁਸੀਂ ਇੰਨਾ ਤਜਰਬਾ ਹੋਗਾ, ਹੁਣ ਤੁਸੀਂ ਮੈਚਾਂ ਮੂਚਾਂ 'ਤੇ ਸਾਦੇ ਆ ਕਿ ਨਹੀਂ ਉਸ ਪੱਖ ਤੋਂ ਤੁਹਾਡਾ ਕੰਮ? ਬਹੁਤ ਘੱਟ, ਬਹੁਤ ਘੱਟ ਆ। ਕਾਰਨ? ਕਾਰਨ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏਗਾ, 4 ਕੁ ਬੰਦਾ ਰੱਖ ਲੈ ਮੋਢਾ ਦੇਣ ਲਈ, ਕਿਤੇ ਨਾ ਕਿਤੇ ਮੇਰੇ ਤੋਂ ਸੱਚ ਤੋਂ ਡਰਦੇ ਅਤੇ ਮੈਂ ਸੱਚ ਬੋਲਣ ਲੱਗਿਆ ਮੈਂ ਨਹੀਂ ਡਰਦਾ। ਦੇਖੋ, ਜੇ ਮੇਰੇ ਸੱਚ ਬੋਲਣ ਨਾਲ ਕਿਸੇ ਦਾ ਪੁੱਤ ਭਤੀਜਾ ਬੱਚਾ ਚੰਗੇ ਰਾਹ ਪੈਂਦਾ ਤਾਂ ਮੈਂ ਬੋਲੂੰਗਾ, ਜੇ ਸਮਾਜ ਨੂੰ ਕੋਈ ਚੰਗੀ ਸੇਧ ਮਿਲਦੀ ਆ ਮੇਰੇ ਬੋਲਣ 'ਤੇ ਤਾਂ ਮੈਂ ਬੋਲੂੰਗਾ। ਅਤੇ ਚਲੋ ਨਹੀਂ ਬੋਲਦੇ ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ ਤਾਂ ਖੁਸ਼ ਹਾਂ ਕਿਉਂਕਿ ਸਾਰੀ ਉਮਰ ਕਬੱਡੀ ਖਿਲਾਈ ਆ ਅਤੇ ਇੰਨਾ ਪਿਆਰ ਸਨਮਾਨ ਮਿਲਿਆ ਉਹਦਾ ਮੈਂ ਕੋਈ ਦੇਣ ਹੀ ਨਹੀਂ ਦੇ ਸਕਦਾ। ਹਰ ਸਾਹ ਨਾਲ ਮੈਂ ਤਾਂ ਰੋਮ ਰੋਮ ਤੋਂ ਕਬੱਡੀ ਦਾ ਧੰਨਵਾਦੀ ਹਾਂ। ਇਹ ਜਿਹੜੀ ਤੁਸੀਂ ਗੱਲ ਕਰੀ ਆ ਸੱਚ ਬੋਲਣ ਵਾਲੀ, ਕਬੱਡੀ ਦੇ ਪਲੇਅਰ ਮਤਲਬ ਜਦੋਂ ਅਸੀਂ ਫੋਨ ਲਾਉਣੇ ਆ, ਕੋਚ ਹੋ ਜਾਣ, ਪਲੇਅਰ ਹੋ ਜਾਣ ਜਾਂ ਜਿਹੜੇ ਵੀ ਕਬੱਡੀ ਨਾਲ ਸੰਬੰਧਿਤ ਆ, ਉਹ ਭੱਜਦੇ ਕਿਉਂ ਆ, ਬੋਲਦੇ ਕਿਉਂ ਨਹੀਂ ਬੇਬਾਕੀ ਦੇ ਨਾਲ, ਹਾਲਾਂਕਿ ਗਰਾਊਂਡਾਂ ਦੇ ਵਿੱਚ ਜਾਂ ਆਫ ਰਿਕਾਰਡੋ ਗੱਲਾਂ ਕਰਦੇ ਆ ਮਾਂ ਖੇਡ ਨੂੰ ਬਚਾਉਣ ਦੀਆਂ ਜਾਂ ਮਾਂ ਖੇਡ ਦੇ ਬਿਹਤਰੀ ਲਈ, ਪਰ ਜਿਹੜਾ ਸੱਚ ਆ ਜਾਂ ਉਹੋ ਜਿਹੀ ਗੱਲ ਨੇ ਧੜਕ ਗੱਲ ਕਰਨ ਤੋਂ ਸਾਰੇ ਡਰਦੇ ਨੇ, ਇਹਦਾ ਚੱਕਰ ਕੀ ਹੈ? ਬਈ ਮਿੱਤਰ, ਹੁਣ ਸੱਚ ਤੋਂ ਸੱਚ ਬੋਲਣਾ ਜਾਂ ਮੁਸ਼ਕਲ ਆ, ਹਰੇਕ ਨਹੀਂ ਬੋਲ ਸਕਦਾ। ਮੰਨ ਕੇ ਚੱਲੋ ਕਿ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਕੋਈ ਮੈਂ ਮਾਮੂਲੀ ਜਿਹੀ ਵੀ ਕਿ ਮੇਰੇ ਜਵਾਨ ਫਿਸਲ ਜਾਂਦੀ ਆ ਹੋ ਜਾਂਦੇ ਆ, ਤਾਂ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਆਥਣ ਤੱਕ ਮੇਰਾ ਵੀ ਕੰਮ ਤਮਾਮ ਹੋ ਜਾਏ, ਮਰਨ ਤੋਂ ਹਰੇਕ ਡਰਦਾ। ਇਹੋ ਜਿਹਾ ਕੁਛ ਹੁੰਦਾ ਕਬੱਡੀ 'ਚ? ਤੁਹਾਡੇ ਸਾਹਮਣੇ ਹੋ ਰਿਹਾ ਜੀ ਸਾਰਾ ਕੁਝ, ਦੇਖ ਰਹੇ ਹੋ ਤੁਸੀਂ, ਤੁਸੀਂ ਵੀ ਰੋਜ਼ ਦੇਖ ਰਹੇ ਹੋ, ਤੁਹਾਡੇ ਕੋਲ ਵੀ ਡੇਲੀ ਅਪਡੇਟ ਆ ਰਹੀ ਹੈਗੀ ਕਬੱਡੀ ਦੀ। ਜਿਹੜਾ ਫੋਨਾ ਫਾਨਾ ਵਾਲਾ ਚੱਕਰ ਆ, ਗੈਂਗਸਟਰਾਂ ਨੂੰ ਲੈ ਕੇ ਗੱਲਬਾਤ ਹੁੰਦੀ ਹੈ, ਇਹ ਗੱਲਾਂ ਸੱਚੀਆਂ ਹੈਗੀਆਂ ਸਾਰੀਆਂ? ਤੇ ਸੁਧਾਰ ਕੱਪ ਤੇ ਕੀ ਹੋਇਆ ਜੀ? ਸੁਧਾਰ ਵਾਲਿਆਂ ਦਾ ਟੂਰਨਾਮੈਂਟ ਕੈਂਸਲ ਕਿਉਂ ਕਰਨਾ ਪਿਆ? ਕੌਣ ਸੀ ਜਿਨ੍ਹਾਂ ਨੇ ਪਲੇਅਰਾਂ ਨੂੰ ਕਿਹਾ ਕਿ ਵਾਪਸ ਜਾਓ? ਪਰ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਉੱਥੇ ਜ਼ਿਆਦਾ ਗਲਤੀ ਆ ਜਿਹੜੀ, ਉਹ ਕਮੇਟੀ ਦੀ ਗਲਤੀ ਸੀਗੀ? ਨਹੀਂ, ਉੱਥੇ ਤਾਂ ਸਿਰਫ ਇਹੀ ਸੀਗਾ ਵੀ ਮੇਰੇ ਹਿਸਾਬ ਨਾਲ ਤਾਂ ਵੀ ਉਹਨਾਂ ਨੇ ਜਿਹੜੇ ਟਰੈਕਟਰ ਰੱਖੇ ਸੀ ਉਹ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਰੱਖੇ ਸੀ, ਅਤੇ ਜਿਹੜੇ ਜੋ ਵੀ ਹੈਗਾ ਹੁਣ ਦੇਖ ਹੀ ਰਿਹਾ ਪੰਜਾਬ ਦਾ ਮਾਹੌਲ, ਅਤੇ ਦੂਸਰੇ ਪਾਸੇ ਫਿਰ ਉਹ ਕਹਿੰਦੇ ਨੇ ਵੀ ਇਹਦਾ ਨਾ ਹੀ ਖਤਮ ਕਰ ਦੇਣਾ।
ਪਲੇਅਰਾਂ ਨੂੰ ਫੋਨ ਆਏ ਧਮਕੀਆਂ ਦਿੱਤੀਆਂ ਗਈਆਂ ਤੇ ਪਲੇਅਰ ਗੱਡੀਆਂ ਲੱਗੇ ਵਾਪਸ ਉਹ ਮੈਚ ਨੂੰ ਛੱਡ ਕੇ ਗੱਲ ਕਰਦੇ ਆ ਹੋਰ ਕਿਤੇ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਪਲੇਅਰਾਂ ਨੂੰ ਕਿਹਾ ਜਾਂਦਾ ਹੈਗਾ ਵੀ ਮੈਚ ਹੋਣ ਜਾਂ ਨਾ ਹੋਣ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਵੀ ਇੱਥੇ ਖੇਡੋ ਤੁਸੀਂ ਇੱਥੇ ਨਹੀਂ ਖੇਡਣਾ ਇਦਾਂ ਦੀਆਂ ਗੱਲਾਂ ਹੋ ਰਹਿਣਾਂ ਗਈਆਂ ਨਹੀਂ ਇਸ ਵਕਤ ਆ ਕੁਛ ਤਾਂ ਨਹੀਂ ਹੋ ਰਿਹਾ ਤੇ ਪਰ ਆਉਂਦੇ ਹੀ ਨਹੀਂ ਪਲੇਅਰ ਪੈਸੇ ਲੈ ਕੇ ਵੀ ਨਹੀਂ ਆਉਂਦੇ ਹੈਗੇ ਬਿੱਟੂ ਦਗਾਲ ਦੇ ਪਿੰਡ ਕੀ ਹੋਇਆ ਇੱਕ ਬਿੱਟੂ ਐਡਾ ਜ਼ਬਰਦਸਤ ਤਕੜਾ ਪਲੇਅਰ ਸੀ ਉਹਨੂੰ ਸ਼ਰਧਾਂਜਲੀ ਦੇ ਨਹੀਂ ਆ ਜਾਂਦੇ ਉਹਨੂੰ ਸ਼ਰਧਾਂਜਲੀ ਮੰਨ ਕੇ ਹੀ ਆ ਜਾਂਦੇ ਪਰ ਨਹੀਂ ਆਏ ਕਬੱਡੀ ਬਚਾਉਣੀ ਆ ਤਾਂ ਮੈਂ ਫਿਰ ਕਹਿ ਰਿਹਾ ਕਿ ਬਜਨੀ ਕਬੱਡੀ ਦੇ ਮੈਚ ਕਰਾਓ ਜੀ ਵੱਡਿਆਂ ਨੂੰ ਭੁੱਲ ਜਾਓ ਤਕੜਿਆਂ ਨੂੰ ਭੁੱਲ ਜਾਓ ਉਹੀ ਪੈਸਾ ਆਪਣੇ ਛੋਟੇ ਬੱਚਿਆਂ 'ਤੇ ਲਾਓ ਜੇ ਪੰਜਾਬ ਬਚਾਉਣਾ ਕਬੱਡੀ ਬਚਾਉਣੀ ਆ ਤੁਸੀਂ ਕਹਿੰਦੇ ਹੋ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਛੋਟੇ ਬੱਚਿਆਂ ਦੇ ਉੱਤੇ ਉਹੀ ਪੈਸਾ ਇਨਵੈਸਟ ਕਰੋ ਜਿਵੇਂ ਆਪਾਂ ਪਿਛਲੇ ਸਾਲ ਜਿਹੜੀ ਮੁਲਾਕਾਤ ਕੀਤੀ ਸੀਗੀ ਜੀ ਸ਼ਾਇਦ 2 ਸਾਲ 2.5 ਸਾਲ ਮਤਲਬ ਜ਼ਿਆਦਾ ਸਮੇਂ ਹੋ ਗਿਆ ਹੋਊਗਾ ਜੀ ਅਤੇ ਉਦੋਂ ਬਾਅਦ ਤੁਸੀਂ ਉਸ ਮੁਲਾਕਾਤ ਦਾ ਵੀ ਬਹੁਤ ਸਾਰਾ ਜਿਹੜਾ ਚਰਚਾ ਰਿਹਾ ਖਾਸ ਕਰਕੇ ਪੁਰਾਣਾ ਪਲੇਅਰਾਂ ਦੇ ਵਿੱਚ ਜਾਂ ਪੁਰਾਣੇ ਜਿਹੜੇ ਲੋਕ ਕਬੱਡੀ ਦੇ ਨਾਲ ਜੁੜੇ ਹੋਏ ਨੇ ਬਹੁਤ ਚਰਚਾ ਰਹੀ ਆ ਉਦੋਂ ਬਾਅਦ ਤੁਹਾਨੂੰ ਵੀ ਕੋਈ ਫੋਨ ਫਾਨ ਆਏ ਜਾਂ ਇੱਦਾਂ ਕੋਈ ਬੇਬਾਕੀ ਨਾਲ ਦੱਸ ਦਿਓ ਕੋਈ ਗੱਲ ਨਹੀਂ ਮੈਨੂੰ ਧਮਕੀਆਂ ਬਹੁਤ ਆਈਆਂ ਜੀ ਧਮਕੀਆਂ ਬਹੁਤ ਜ਼ਿਆਦਾ ਚੱਕ ਕੇ ਲੈ ਜਾਵਾਂਗੇ ਉਹ ਕਰਾਂਗੇ ਬਹੁਤ ਕਰਾਂਗੇ ਪਰ ਮੈਂ ਆਪਾਂ ਦਾ ਮਿੱਤਰਾ ਮੈਂ ਕਿਹੜਾ ਆਪਦੇ ਪੁੱਤ ਬਾਰੇ ਜਾਂ ਕਿਸੇ ਭਤੀਜੇ ਬਾਰੇ ਕੁਛ ਲੈਣ ਲਈ ਬੋਲਿਆ ਸੀ ਮੈਂ ਤਾਂ ਸਾਰੇ ਪੰਜਾਬ ਦੀ ਸਮਾਜ ਦੀ ਗੱਲ ਕਰੀ ਆ ਜੇ ਸਮਾਜ ਲਈ ਮਰ ਵੀ ਜਾਵਾਂਗੇ ਤਾਂ ਵੀ ਕੋਈ ਪਰਵਾਹ ਨਹੀਂ ਮੌਤ ਤੋਂ ਨਹੀਂ ਡਰਦਾ ਉਹਦਾ ਕਾਰਨ ਕੀ ਮੰਨਦੇ ਹੋ ਵੀ ਜਿਹੜੇ ਉਹ ਫੋਨ ਆਏ ਕਿਸੇ ਦਾ ਬਿਜ਼ਨਸ ਠੱਪ ਹੋ ਰਿਹਾ ਸੀ ਹਾਂਜੀ ਹਾਂ ਦੁਕਾਨਾਂ ਬੰਦ ਹੋਈਆਂ ਨੇ ਬਿਜ਼ਨਸ ਠੱਪ ਹੋ ਗਏ ਜੇ ਮੈਂ ਫੇਰ ਕਹਿ ਦਿੰਦਾ ਮੈਂ ਕਿਸੇ ਫੈਡਰੇਸ਼ਨ ਦਾ ਹਿੱਸਾ ਨਹੀਂ ਹਾਂ ਮੈਂ ਕਾਮ ਜਨਰਲ ਜਿਹੇ ਆਮ ਲੋਕ ਨੇ ਪਿੰਡਾਂ ਦੇ ਮੈਂ ਵੀ ਹੋ ਜਾਈ ਇੱਕ ਇਨਸਾਨ ਹਾਂ ਜੀ ਪਰ ਜਿੰਨਾ ਲੋਕਾਂ ਨੇ ਕਬੱਡੀ ਨੂੰ ਬਿਜ਼ਨਸ ਬਣਾਇਆ ਸੀ ਉਹ ਬਿਜ਼ਨਸ ਨੂੰ ਢਾਹ ਲੱਗ ਗਈ ਇਸੇ ਲਈ ਉਹਨਾਂ ਨੇ ਮੈਨੂੰ ਵੀ ਕਾਫੀ ਕੁਛ ਕਹਿੰਦੇ ਕੁਛ ਕਹੀ ਚਲੋ ਮੈਂ ਤਾਂ ਬਾਬੇ ਨਾਨਕ ਦਾ ਸਿੱਖਾਂ ਮੈਨੂੰ ਤਾਂ ਜਿੱਥੇ ਉਹਨੇ ਰੱਖਣਾ ਮੈਂ ਤਾਂ ਉਹਦੀ ਰਜਾ 'ਚ ਰਹਿਣ ਵਾਲਾ ਮੈਨੂੰ ਕੋਈ ਡਰ ਨਹੀਂ ਮੈਂ ਸੱਚ ਬੋਲੂੰਗਾ ਇੱਕ ਮੇਰਾ ਹੋਰ ਸਵਾਲ ਆ ਲਾਸਟ ਸਵਾਲ ਹੀ ਆ ਬਸ ਜਿਹੜਾ NRI ਇੰਨਾ ਪੈਸਾ ਲਾ ਰਹੇ ਨੇ ਜਾਂ ਕੱਪ ਕਰਾ ਰਹੇ ਨੇ ਬੈਸਟ ਰੇਡਰਾਂ ਨੂੰ ਵੱਡੇ ਵੱਡੇ ਨਾਮ ਬੈਸਟ ਜਾਫੀਆਂ ਨੂੰ ਵੱਡੇ ਵੱਡੇ ਨਾਮ ਵੀ NRI ਵੀ ਬਹੁਤ ਸਾਰਾ ਕੁਛ ਹਾਂ ਪੱਖੀ ਜਾਂ ਉਸ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਉੱਥੇ ਵੀ ਇੱਕ ਸਿਸਟਮ ਨਹੀਂ ਬਣ ਰਿਹਾ ਉੱਥੇ ਵੀ ਤੁਹਾਨੂੰ ਲੱਗਦਾ ਹੈਗਾ ਵੀ ਸਿਰਫ ਆਪਦਾ ਨਾਂ ਬਣਾਉਣ ਖਾਤਰ ਹੀ ਪੈਸਾ ਆ ਰਿਹਾ ਉੱਥੇ ਵੀ ਚੀਜ਼ਾਂ ਗੜਬੜ ਹੋ ਰਹੀਆਂ ਬਿਲਕੁਲ ਨਾਂ ਬਣਾਉਣ ਵਾਸਤੇ ਹੀ ਹੋ ਰਿਹਾ ਜੀ ਜਿਹੜਾ ਪੈਸਾ ਲਾਇਆ ਜਾ ਰਿਹਾ ਉਹ ਸਿਰਫ ਨਾਂ ਬਣਾਉਣ ਵਾਸਤੇ ਹੀ ਫਲਾਣਾ ਕੈਨੇਡੀਅਨ ਫਲਾਣਾ US ਵਾਲਾ ਫਲਾਣਾ ਆਸਟ੍ਰੇਲੀਅਨ ਉਹ ਹੈਗੇ ਤਾਂ ਇੱਥੇ ਦੀ ਨੇ ਉਹ ਆ ਕੇ ਆਪਦੇ ਆਪ ਨੂੰ ਪੰਜਾਬੀ ਕਿਉਂ ਨਹੀਂ ਕਹਾਉਂਦੇ ਉਹ UK ਵਾਲੇ ਉਹ ਕੈਨੇਡਾ ਵਾਲੇ ਤਾਂ ਆ ਕੇ ਬਣਦੇ ਨੇ ਇੱਥੇ ਉਹੀ ਪਿੰਡ ਵਾਲੇ ਕਿਉਂ ਨਹੀਂ ਬਣਦੇ ਉਹੀ ਪਿੰਡ ਵਾਲੇ ਬਣ ਕੇ ਬੈਠੋ ਜਿਹੜੇ ਮਿੱਟੀ 'ਚੋਂ ਤੁਸੀਂ ਗਏ ਹੋ ਉਸੇ ਮਿੱਟੀ ਨੂੰ ਦੇ ਬੱਚਿਆਂ ਨੂੰ ਪਾਲੋ ਉਹੀ ਪੈਸਾ ਉਹਨਾਂ ਦੇ ਉੱਤੇ ਇਨਵੈਸਟ ਕਰੋ ਫਿਰ ਤਾਂ ਤੁਹਾਡੀ ਪ੍ਰਾਪਤੀ ਹੈ ਜੇ ਤਾਂ ਪਰਮਾਤਮਾ ਨੇ ਤੁਹਾਡੇ ਕੋਲ 4 ਸਿੱਲੜ ਦਿੱਤੇ ਨੇ ਤਾਂ ਉਹਨੂੰ ਚੰਗੇ ਪਾਸੇ ਲਓ ਜੇ 2 ਮਿੰਟ 10 ਮਿੰਟ ਸਪੀਕਰਾਂ 'ਚ ਲਾ ਕਰਕੇ ਠਾਹ ਕਰਾ ਕੇ ਕਮੈਂਟਰੇਟਰੋਂ ਆਪਦਾ ਨਾਂ ਬੁਲਾਉਣਾ ਫਿਰ ਉਹਦੇ ਨਾਲ ਕੋਈ ਕਬੱਡੀ ਦੀ ਪ੍ਰਾਪਤੀ ਤਾਂ ਨਹੀਂ ਕੋਈ ਹੋਣੀ ਨਹੀਂ ਕੋਈ ਪੋਜ਼ਿਟਿਵ ਪੱਖ ਨਹੀਂ ਦਿਖ ਰਿਹਾ ਉਸ ਪਾਸੇ ਦਾ ਮੈਨੂੰ ਇਨਾਮ ਰੱਖੋ ਵੱਡੇ ਕੋਈ ਗੱਲ ਨਹੀਂ ਉਹ ਛੋਟੇ ਬੱਚਿਆਂ ਨੂੰ ਦਵੋ ਗਰੀਬ ਪਲੇਅਰਾਂ ਨੂੰ ਦਵੋ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਘਰ ਤਾਂ ਬਸ ਚੱਲਦੇ ਕਰੋ ਜੇ ਹੁਣ ਰੱਜੇ ਨੂੰ ਇੱਕ ਨੂੰ ਜਾਈ ਜਾਂਦੇ ਹੋ ਰੋਜ਼ ਉਹਦੇ ਹੀ ਮੁੜ ਮੁੜ ਨੋਟਾਂ ਦੇ ਗਲ ਹਾਰ ਪਾਈ ਜਾਂਦੇ ਹੋ ਤਾਂ ਹਜਣੋਂ ਫਿਰ ਤਾਂ ਕਬੱਡੀ ਖਤਮ ਆ ਕੁਛ ਨੀ ਮੈਂ ਤਾਂ ਕੀ ਕਰਨਾ ਕੋਈ ਗੱਲ ਨੀ ਜਿਹਨੇ ਜਿੱਥੇ ਗੋਲੀ ਮਾਰਨੀ ਆ ਮਾਰ ਦੇਵੇ ਸੱਜਣਾ ਆਪਾਂ ਤਾਂ ਉੱਡਦੇ ਪੰਛੀਆਂ ਉੱਡਦੇ ਰਹਿਣਾ ਰੋਜ਼ ਉਡਾਨ ਨੀ ਰੁਕਦੀ ਮੇਰੀ ਜਦ ਤੱਕ ਸਾਹ ਨੇ ਉੱਡੂੰਗਾ ਬੇਖੌਫ ਉੱਡੂੰਗਾ ਜਿਵੇਂ ਤੁਸੀਂ ਸੱਚ ਬੋਲ ਰਹੇ ਹੋ ਜਾਂ ਬਹੁਤ ਸਾਰੀਆਂ ਗੱਲਾਂ ਨੇ ਧੜਕ ਹੋ ਕੇ ਕਹਿ ਰਹੇ ਹੋ ਤੁਹਾਨੂੰ ਲੱਗਦਾ ਵੀ ਸਾਰੇ ਖਿਡਾਰੀਆਂ ਨੂੰ ਜਾਂ ਜਿਹੜੇ ਕਬੱਡੀ ਦੇ ਨਾਲ ਸੰਬੰਧਿਤ ਆ ਜੇ ਉਹ ਇਸ ਖੇਡ ਨੂੰ ਆਪਣੀ ਮਾਂ ਕਹਿੰਦੇ ਆ ਤਾਂ ਉਹਨਾਂ ਨੂੰ ਬੋਲਣਾ ਚਾਹੀਦਾ ਗਾ ਮਾਂ ਲਈ ਨਹੀਂ ਸੱਚ ਬੋਲ ਰਹੇ ਦੇਖੋ ਜੇ ਤਾਂ ਕਬੱਡੀ ਦੀ ਉਹ ਕਰਦੇ ਨੇ ਇੱਜ਼ਤ ਫਿਰ ਤਾਂ ਬੋਲਣਾ ਚਾਹੀਦਾ ਜੀ ਜੇ ਉਹਨਾਂ ਦਾ ਪੇਸ਼ਾ ਬਿਜ਼ਨਸ ਹੀ ਆ ਉਹ ਇੱਕ ਪੈਸਾ ਕਮਾਉਣ ਦਾ ਜ਼ਰੀਆ ਫਿਰ ਤਾਂ ਨਹੀਂ ਕੋਈ ਫਿਰ ਬੋਲਣ ਨੂੰ ਤਿਆਰ ਹੀ ਨਹੀਂ ਕਿਉਂਕਿ ਇੱਕ ਉਹਦਾ ਪੈਸਾ ਹੀ ਕਮਾਉਣਾ ਉਹਨਾਂ ਨੇ ਤਾਂ ਉਹਨੂੰ ਤਾਂ ਰੀਜ਼ਨ ਹੀ ਉਹਨਾਂ ਦਾ ਪੈਸਾ ਕਮਾਉਣਾ ਉਹਨਾਂ ਨੂੰ ਕਬੱਡੀ ਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਜਿਵੇਂ ਬਹੁਤ ਸਾਰੇ ਲੋਕ ਸਾਨੂੰ ਹੋਰ ਵੀ ਅੱਜ ਵੀ ਇੱਕ ਨੌਜਵਾਨ ਦਾ ਸਵੇਰੇ ਹੀ ਫੋਨ ਆਇਆ ਸੀ ਜਾਂ ਬਹੁਤ ਸਾਰੀਆਂ ਗੱਲਾਂ ਉਹ ਕਹਿ ਦਿੰਦੇ ਆ ਵੀ ਸਾਡਾ ਆਰਥਿਕ ਪੱਖ ਤੋਂ ਅਸੀਂ ਕਮਜ਼ੋਰ ਹਾਂ ਵੀ ਉਸ
ਹਿਸਾਬ ਦੇ ਨਾਲ ਸਾਡੀ ਮੁਲਾਕਾਤ ਕਰ ਦਿਓ ਵੀ ਸਾਨੂੰ ਕੁਛ ਪੈਸਿਆਂ ਦੀ ਮਦਦ ਹੋ ਜੂਗੀ। ਮੈਂ ਤੁਹਾਡੀ ਗੱਲ ਕਰਾਂ, ਤੁਹਾਡੀ ਜ਼ਿੰਦਗੀ ਵੀ ਜਿਵੇਂ ਉਸ ਆਰਥਿਕ ਪੱਖ ਤੋਂ ਕੋਈ ਉਨੀ ਸਖਾਵੀ ਨਹੀਂ ਜਿਵੇਂ ਹੋਣੀ ਚਾਹੀਦੀ ਸੀ ਜਾਂ ਜਿਵੇਂ ਇੱਕ ਇਨਸਾਨ ਜਿਵੇਂ ਖੁਆਇਸ਼ ਕਰਦਾ ਗਾ ਵੀ ਮੇਰੀ ਜ਼ਿੰਦਗੀ ਆਰਥਿਕ ਪੱਖ ਤੋਂ ਉਵੇਂ ਹੋਵੇ, ਪਰ ਤੁਸੀਂ ਫਿਰ ਵੀ ਮਾਂ ਖੇਡ ਕਬੱਡੀ ਲਈ ਹੀ ਬੋਲ ਰਹੇ ਹੋ ਅਤੇ ਬੋਲ ਵੀ ਬਹੁਤ ਬੇਬਾਕੀ ਦੇ ਨਾਲ ਰਹੇ ਹੋ। ਉਸ ਚੀਜ਼ 'ਤੇ ਕੋਈ ਕਮੈਂਟ ਟਿੱਪਣੀ ਕਰਨਾ ਚਾਹੋਗੇ, ਉਸ ਪੱਖ ਤੋਂ ਤੁਸੀਂ ਠੀਕ ਆ, ਜ਼ਿੰਦਗੀ ਠੀਕ ਗੁਜ਼ਰ ਰਹੀ ਆ ਕਿ? ਵੀ ਮਿੱਤਰ, ਮੈਂ ਤਾਂ ਸਿਰਫ ਬਾਬੇ ਨਾਨਕ ਦੇ ਦਰ ਦੇ ਅਰਦਾਸ ਕਰਦਾ ਉਹਨਾਂ 'ਤੇ, ਉਹਨੇ ਮੈਨੂੰ ਕਦੇ ਖਾਲੀ ਰੱਖਿਆ ਹੀ ਨਹੀਂ, ਮੈਨੂੰ ਮੰਗਣ ਦਾ ਸਮਾਂ ਹੀ ਨਹੀਂ ਦਿੱਤਾ। ਅਤੇ ਦੂਸਰੀ ਗੱਲ, ਸਿਰ 'ਤੇ ਪੱਗ ਬੰਨਣਾ, ਹਾਂ, ਪੱਗ ਬੰਨ ਕੇ ਮੰਗਣ ਵਾਲਾ ਸਰਦਾਰ ਨਹੀਂ ਹੋ ਸਕਦਾ ਜੀ। ਮੇਰੀ ਪੱਗ ਨਹੀਂ ਮੈਨੂੰ ਕਿਸੇ ਮੂਹਰੇ ਝੁਕਣ ਦਿੰਦੀ, ਨਹੀਂ ਮੰਗਣ ਦਿੰਦੀ ਜੀ। ਚੰਦੌਰ ਸਾਹਿਬ, ਅੱਜ ਤੁਸੀਂ ਸਮਾਂ ਦਿੱਤਾ, ਬਹੁਤ ਵਧੀਆ ਗੱਲਾਂ ਕੀਤੀਆਂ, ਰੱਬ ਤੁਹਾਡੀ ਸਿਹਤ ਵਧੀਆ ਰੱਖੇ, ਚੜ੍ਹਦੀਆਂ ਕਲਾਂ 'ਚ ਰਹੋ। ਧੰਨਵਾਦ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਫਿਰ ਤੁਹਾਨੂੰ ਜੀ। ਸੋ ਇਹ ਸੀ ਤਰਸੇਮ ਸਿੰਘ ਸਦੌੜ, ਕਬੱਡੀ ਦਾ ਉੱਘਾ ਰੈਫਰੀ, ਅਤੇ ਬਹੁਤ ਸਾਰੀਆਂ ਜਿਹੜੀਆਂ ਬੇਬਾਕੀ ਦੇ ਨਾਲ ਅੱਜ ਗੱਲਾਂ ਬਾਤਾਂ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੀਆਂ। ਉਮੀਦ ਕਰਦੇ ਹਾਂ ਕਬੱਡੀ ਦੇ ਨਾਲ ਜੁੜਿਆ ਹੋਇਆ ਹੋਰ ਕੋਈ ਪ੍ਰੇਮੀ ਜਾਂ ਹੋਰ ਕੋਈ, ਚਾਹੇ ਖਿਡਾਰੀ ਹੋਵੇ, ਕੋਚ ਹੋਵੇ ਜਾਂ ਕਿਵੇਂ ਵੀ ਕਬੱਡੀ ਦੇ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਬੇਬਾਕੀ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਗਾ, ਅਸਲ ਗੱਲ ਸੱਚ ਜਿਹੜਾ ਲੋਕਾਂ ਨੂੰ ਦੱਸਣਾ ਚਾਹੁੰਦਾ ਗਾ ਆਪਣੀ ਮਾਂ ਖੇਡ ਬਾਰੇ, ਜੋ ਇਸ ਖੇਡ ਨੂੰ ਵਾਕਿਆ ਦੇ ਵਿੱਚ ਆਪਣੀ ਮਾਂ ਖੇਡ, ਆਪਣੀ ਧਰਤੀ ਪੰਜਾਬ ਦੀ ਖੇਡ ਮੰਨਦਾ ਗਾ, ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਗਾ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।